ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜ਼ੋਰਾਵਰ ਸਿੰਘ ਇੱਕ ਵਾਰ ਫਿਰ ਤੋਂ ਦੀ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਵੱਲੋਂ ਤੁਹਾਨੂੰ ਅੱਜ ਪੈਰਿਸ ਦੇ ਪੂਰਾ ਬਜਟ ਬਾਰੇ ਦੱਸਦਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਵੀਜ਼ਾ ਆ ਜਾਂਦਾ ਹੈ, ਜਿਹਦੀ ਕੋਸਟ ਨੀਅਰ ਅਬਾਊਟ ਵਿਦ ਅਪੋਇੰਟਮੈਂਟ ਪਾ ਕੇ 12,000 ਰੁਪਏ ਦੇ ਕਰੀਬ ਪੈ ਜਾਂਦੀ ਹੈ। ਇਹ PFS ਸੈਂਟਰ 'ਚ ਜਾ ਕੇ ਤੁਸੀਂ ਐਪਲੀਕੇਸ਼ਨ ਜਮ੍ਹਾਂ ਕਰਦੇ ਹੈ, ਜਿਹਦਾ ਕਿ ਰਿਜ਼ਲਟ ਵਿਦਿਨ ਹਫ਼ਤੇ ਜਾਂ 10 ਦਿਨ 'ਚ ਤੁਹਾਡੇ ਘਰ ਪਾਸਪੋਰਟ ਆ ਜਾਂਦਾ। ਦੂਜਾ, ਫਿਰ ਤੁਹਾਨੂੰ ਏਅਰ ਟਿਕਟ ਲੈਣੀ ਪੈਂਦੀ ਹੈ, ਜਿਹਦੀ ਕੋਸਟ ਅਪ ਡਾਊਨ ਦੀ ਨੀਅਰ ਅਬਾਊਟ 60,000 ਦੇ ਕਰੀਬ ਪੈ ਜਾਂਦੀ ਹੈ, ਜਿਹਦੇ ਨਾਲ ਤੁਸੀਂ ਪੈਰਿਸ ਪਹੁੰਚ ਕੇ ਵਾਪਸ ਆਪਣਾ ਇੰਡੀਆ ਵੀ ਆ ਜਾਂਦੇ। ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ, ਤੁਹਾਨੂੰ ਉੱਥੇ ਗ੍ਰੈਬ ਜਾਂ ਟੈਕਸੀ ਕਰਕੇ ਹੋਟਲ ਜਾਣਾ ਪੈਂਦਾ ਹੈ, ਜਿਹਦਾ ਕਿ ਖਰਚਾ 4,000 ਤੋਂ 4,500 ਰੁਪਏ ਦੇ ਕਰੀਬ ਪੈਂਦਾ ਹੈ। ਅਤੇ ਉੱਥੇ ਜਿਹੜਾ ਰੂਮ ਹੁੰਦਾ ਹੈ ਉਹਦਾ ਰੈਂਟ ਕਪਲ ਦੇ ਹਿਸਾਬ ਨਾਲ ਵਿਦ ਬ੍ਰੇਕਫਾਸਟ 13,000 ਤੋਂ ਲੈ ਕੇ 16,000 ਦੇ ਵਿੱਚ ਵਧੀਆ ਰੂਮ ਤੁਹਾਨੂੰ ਮਿਲ ਜਾਂਦਾ ਹੈ। ਇੱਕ ਬਾਕੀ ਵਿਊ ਦਾ ਡਿਪੈਂਡ ਕਰਦਾ ਤੁਸੀਂ ਕਿਹੜੇ ਦੇ ਏਰੀਆ 'ਚ ਲੈਂਦੇ ਆ, ਹੋਟਲ ਘੱਟ ਰੇਟ ਦੇ ਵੀ ਹੈਗੇ ਆ, ਪਰ ਅੱਛਾ ਰੂਮ 13,000 ਤੋਂ 16,000 ਦੇ ਵਿੱਚ ਮਿਲ ਜਾਂਦਾ ਹੈ। ਉਸ ਤੋਂ ਬਾਅਦ 'ਚੋਂ ਨੈਕਸਟ ਸਟੈਪ ਆਉਂਦਾ ਹੈ ਤੁਹਾਡਾ ਉੱਥੋਂ ਘੁੰਮਣਾ, ਕਿਵੇਂ ਘੁੰਮਣਾ ਹੈ ਤੁਸੀਂ। ਸਭ ਤੋਂ ਬੈਸਟ ਆਪਸ਼ਨ ਹੈ ਮੈਟਰੋ, ਜਿਹਦਾ ਪਾਸ ਕੀ 3 ਦਿਨ ਦਾ ਜਾਂ 5 ਦਿਨ ਦਾ ਤੁਸੀਂ ਲੈ ਸਕਦੇ ਹੋ। 3 ਦਿਨ ਦੇ ਪਾਸ ਦੀ ਕੀਮਤ 30 ਯੂਰੋ ਹੈਗੀ ਹੈ ਅਤੇ 5 ਦਿਨ ਦੇ ਪਾਸ ਦੀ ਕੀਮਤ 44 ਯੂਰੋ ਦੇ ਕਰੀਬ ਪੈਂਦੀ ਹੈ, ਜਿਹਨੂੰ ਲੈ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ। ਫਿਰ ਤੁਸੀਂ ਫਸਟ ਜਾਂਦੇ ਹੋ ਆਈਫਲ ਟਾਵਰ, ਜੇ ਤੁਸੀਂ ਉਹਦੇ ਰੂਫ ਟੋਪ 'ਤੇ ਟੋਪ ਤੋਂ ਚੜ ਜਾਂਦੇ ਹੋ ਤਾਂ ਤੁਹਾਨੂੰ ਉੱਥੇ 19 ਯੂਰੋ ਦੀ ਟਿਕਟ ਪੈਂਦੀ ਹੈ। ਅਤੇ ਇੱਕ ਆਉਂਦਾ ਉੱਥੇ ਸੈਂਡ ਰਿਵਰ ਕਰੂਜ਼, ਜਿਹਦਾ ਕਿ ਉੱਥੇ ਤੁਹਾਨੂੰ ਕਰੂਜ਼ ਦੇ ਰਾਹੀਂ ਉਹ ਰਾਈਡ ਕਰਾਉਂਦੇ ਆ, 1 ਘੰਟੇ ਸਵਾ ਘੰਟੇ ਦੀ ਇਹ ਜਰਨੀ ਹੁੰਦੀ ਹੈ, ਜਿਹਦੀ ਕਿ ਟਿਕਟ ਨੀਅਰ ਅਬਾਊਟ 40 ਯੂਰੋ ਦੇ ਕਰੀਬ ਪੈਂਦੀ ਹੈ। ਇਹ ਵੱਖਰੇ ਵੱਖਰੇ ਤਰ੍ਹਾਂ ਦੇ ਯੋਟ ਹੈ ਉੱਥੇ ਕਰੂਜ਼ ਚੱਲਦੇ ਹੈ, ਜਿਨ੍ਹਾਂ ਦਾ ਕਿ ਹਰੇਕ ਦਾ ਅਲੱਗ ਅਲੱਗ ਰੇਟ ਹੈ। ਫਿਰ ਉੱਥੋਂ ਤੁਸੀਂ ਮੈਟਰੋ ਲੈ ਕੇ ਫਿਰ ਅੱਗੇ ਪਹੁੰਚਦੇ ਹੋ ਆਰਕ ਅਤੇ ਤ੍ਰਿਓਂਫ, ਉੱਥੇ ਵੀ ਬੜਾ ਵਧੀਆ ਮਾਹੌਲ ਹੁੰਦਾ ਹੈ। ਇਹਦੀ ਜੇ ਤੁਸੀਂ ਉੱਪਰ ਜਾ ਕੇ ਪੈਰਿਸ ਦਾ ਵਿਊ ਦੇਖਣਾ ਹੈ ਤਾਂ ਇਹਦੀ ਟਿਕਟ ਲੱਗਦੀ ਹੈ ਅਲੱਗ ਤੋਂ, ਅਦਰਵਾਈਜ਼ ਨੀਚੇ ਕੋਈ ਟਿਕਟ ਨਹੀਂ ਹੈ, ਫ੍ਰੀ ਆਫ ਕੋਸਟ ਹੈ, ਤੁਸੀਂ ਉੱਥੇ ਇੰਜੋਏ ਕਰ ਸਕਦੇ ਹੋ। ਉੱਪਰ ਜਾਣ ਦੀ ਟਿਕਟ 16 ਯੂਰੋ ਦੇ ਕਰੀਬ ਪੈਂਦੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਉੱਥੇ ਕਾਫੀ ਟਾਈਮ ਸਪੈਂਡ ਕਰੋ। ਅੱਗੇ ਫਿਰ ਲਗਜ਼ਮਬਰਗ ਗਾਰਡਨ ਪੈਂਦਾ ਹੈ, ਜਿਹਨੂੰ ਕਿ ਤੁਸੀਂ ਦੇਖਣ ਲਈ ਜਾ ਸਕਦੇ ਹੋ ਉੱਥੋਂ ਮੈਟਰੋ ਲੈ ਕੇ। ਲਗਜ਼ਮਬਰਗ ਗਾਰਡਨ ਜਿਹੜਾ ਹੈਗਾ ਜੀ ਉੱਥੇ ਫ੍ਰੀ ਆਫ ਕੋਸਟ ਹੈ, ਉਹਦੀ ਕੋਈ ਟਿਕਟ ਨਹੀਂ ਹੈ ਉੱਥੇ ਦੀ। ਤੁਸੀਂ ਜਾ ਕੇ ਆਪਣਾ ਇੰਜੋਏ ਕਰੋ, ਘੁੰਮੋ, ਉੱਥੇ ਬੱਚਿਆਂ ਦੇ ਈਵਨ ਕਿ ਝੂਲੇ ਵਗੈਰਾ ਵੀ ਲੱਗੇ ਹੋਏ ਹੈ, ਉਹ ਵੀ ਤੁਸੀਂ ਲੈ ਸਕਦੇ ਹੋ। ਲੇਕ ਵੀ ਹੈ ਉੱਥੇ, ਲੇਕ 'ਤੇ ਵੀ ਤੁਸੀਂ ਬੈਠ ਕੇ ਕਾਫੀ ਟਾਈਮ ਸਪੈਂਡ ਕਰ ਸਕਦੇ ਹੋ। ਬੜਾ ਅੱਛਾ, ਬੜਾ ਮਸ਼ਹੂਰ ਪੈਰਿਸ ਦਾ ਇਹ ਗਾਰਡਨ ਹੈ ਲਗਜ਼ਮਬਰਗ ਗਾਰਡਨ। ਉਸ ਤੋਂ ਬਾਅਦ 'ਚੋਂ ਨੈਕਸਟ ਤੁਸੀਂ ਉੱਥੋਂ ਚਾਹੇ ਤਾਂ ਤੁਸੀਂ ਮੈਟਰੋ ਲੈ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਆ ਸਕਦੇ ਹੋ ਲੋਵਰੇ ਮਿਊਜ਼ੀਅਮ। ਇੱਥੇ ਵੀ ਤੁਸੀਂ ਜੇ ਅੰਦਰ ਜਾਂਦੇ ਹੋ ਤਾਂ ਉਹਦੀ 22 ਯੂਰੋ ਦੀ ਟਿਕਟ ਹੈ। ਵੈਸੇ ਬਾਹਰ ਵੀ ਮਾਹੌਲ ਬਹੁਤ ਵਧੀਆ ਹੁੰਦਾ ਹੈ ਤੁਹਾਡਾ, ਇੱਥੇ ਈਵਨਿੰਗ ਟਾਈਮ ਬੜਾ ਵਧੀਆ ਟਾਈਮ ਸਪੈਂਡ ਹੁੰਦਾ, ਇੱਥੋਂ ਸਿੱਧਾ ਆਈਫਿਲ ਟਾਵਰ ਦਾ ਵੀ ਵਿਊ ਦਿਖਦਾ ਹੈ, ਕਾਫੀ ਅੱਛੀ ਜਗ੍ਹਾ ਹੈ ਵੀ। ਨੈਕਸਟ ਡੇ ਫਿਰ ਤੁਸੀਂ ਜਾਓ ਪੈਲੇਸ ਆਫ ਵਰਸਾਏ, ਉਹ ਪੈਰਿਸ ਤੋਂ ਥੋੜ੍ਹਾ ਹਟ ਕੇ ਹੈ, ਜਿਹਦੇ ਲਈ ਤੁਹਾਨੂੰ ਆਈਫਿਲ ਟਾਵਰ ਤੋਂ ਰੇਲਵੇ ਸਟੇਸ਼ਨ ਤੋਂ ਟ੍ਰੇਨ ਲੈਣੀ ਪੈਂਦੀ ਹੈ ਜੋ ਕਿ ਤੁਹਾਨੂੰ ਉੱਥੇ ਲੈ ਕੇ ਜਾਂਦੀ ਹੈ। ਇਹਦੀ ਜੇ ਤੁਸੀਂ ਅੰਦਰ ਜਾਂਦੇ ਹੋ ਪੈਲੇਸ ਆਫ ਵਰਸਾਏ ਦਾ 18 ਯੂਰੋ ਦੇ ਕਰੀਬ ਟਿਕਟ ਹੈ, ਅਤੇ ਵੈਸੇ ਵੀ ਬਾਹਰ ਦਾ ਮਾਹੌਲ ਵੀ ਅੱਛਾ ਹੁੰਦਾ ਇੱਥੇ ਵੀ। ਉਹ ਤੋਂ ਬਾਅਦ 'ਚੋਂ ਤੁਸੀਂ ਵਾਪਸ, ਇਹਦੇ ਲਈ ਘੱਟੋ ਘੱਟ ਸਾਨੂੰ ਸੱਚ ਅੱਧਾ ਦਿਨ ਚਾਹੀਦਾ ਹੈ ਮਿਨੀਮਮ, ਕਿਉਂਕਿ ਇਹ ਪੈਰਿਸ ਤੋਂ ਦੂਰ ਜਾਣਾ ਪੈਂਦਾ ਹੈ, 45 ਮਿੰਟ ਦੀ ਟ੍ਰੇਨ ਹੈ ਜਿਹੜੀ ਕਿ ਤੁਹਾਨੂੰ ਉੱਥੇ ਲੈ ਕੇ ਜਾਂਦੀ ਹੈ। ਫਿਰ ਤੁਸੀਂ ਦੁਬਾਰੇ ਪੈਰਿਸ ਦੇ ਵਿੱਚ ਆਉਂਦੇ ਹੋ, ਆਈਫਿਲ ਟਾਵਰ ਕੋਲ ਤੁਹਾਨੂੰ ਡਰੋਪ ਕਰਦੀ ਹੈ। ਉਸ ਤੋਂ ਬਾਅਦ 'ਚੋਂ ਤੁਸੀਂ ਰਾਤ ਦਾ ਵਿਊ ਦੇਖਣਾ ਹੈ ਜਿਹੜਾ, ਉਹ ਹੈਗਾ ਹੈ ਮੌਲ ਐਂਡ ਕਰੂਜ, ਇਹ ਵੀ ਕਾਫੀ ਅੱਛੀ ਜਗ੍ਹਾ ਹੈ ਉੱਥੇ। ਇਹਦੀ ਵੀ ਟਿਕਟ ਕਾਫੀ ਮਹਿੰਗੀ ਹੈ, ਇਹ 185 ਯੂਰੋ ਦੇ ਕਰੀਬ ਪੈਂਦੀ ਹੈ, ਜਿਹਦੇ ਵਿੱਚ ਡਿਨਰ ਇੰਕਲੂਡ ਹੁੰਦਾ ਹੈ। ਬਹੁਤ ਹੀ ਅੱਛਾ ਇੱਕ ਡਾਂਸ ਸ਼ੋਅ ਹੁੰਦਾ ਹੈ ਰਾਤ ਦਾ,
ਜੇ ਤੁਹਾਡੇ ਕੋਲ ਪੈਸੇ ਹੈਗੇ, ਤੁਹਾਡੀ ਪੋਕਟ ਅਲਾਓ ਕਰਦੀ ਹੈ, ਤਾਂ ਜ਼ਰੂਰ ਇਹਨੂੰ ਇੱਕ ਵਾਰ ਦੇਖ ਕੇ ਆਓ। ਮੌਲੈਨ ਰੂਜ ਕਾਫੀ ਅੱਛੀ ਉੱਥੇ ਦੀ ਡੈਸਟੀਨੇਸ਼ਨ ਹੈ। ਅਤੇ ਨੈਕਸਟ ਤੁਸੀਂ ਆ ਜਾਂਦੇ ਹੋ ਉੱਥੇ ਸੈਂਟਰ ਪੋਮੀ ਡੂ ਕਰਕੇ, ਇਹ ਇੱਕ ਮਿਊਜ਼ੀਅਮ ਹੈ। ਇਹਦੀ ਟਿਕਟ ਹੈ 15 ਯੂਰੋ ਦੇ ਕਰੀਬ, ਕਾਫੀ ਅੱਛਾ ਹੈ। ਪੈਰਿਸ ਦੀ ਬੜੀਆਂ ਬੜੀਆਂ ਟੂਰਿਸਟ ਪਲੇਸਿਸ ਨੂੰ ਇੱਕ ਮੁੱਖ ਹੈ ਇਹ, ਕਾਫੀ ਟੂਰਿਸਟ ਇੱਥੇ ਆਉਂਦੇ ਹੈ ਦੇਖਣ ਲਈ ਇਹਨੂੰ। ਉਹ ਤੋਂ ਬਾਅਦ 'ਚੋਂ ਤੁਸੀਂ ਸ਼ੋਪਿੰਗ ਉੱਥੇ ਸਟਰੀਟ 'ਚ ਵੋਕ ਕਰਕੇ, ਜਾਂ ਤੁਸੀਂ ਫੂਡ ਵਗੈਰਾ ਸਰਚ ਕਰ ਸਕਦੇ ਹੋ। ਸਟਰੀਟ ਦਾ ਜਿਹੜਾ ਨਜ਼ਾਰਾ ਹੈ ਵਾਕਿੰਗ ਟੂ ਪੈਰਿਸ ਦਾ, ਬੜਾ ਵਧੀਆ ਹੈ। ਇੱਥੋਂ ਤੁਸੀਂ ਵੋਕ ਕਰਦੇ ਕਰਦੇ ਇੱਕ ਡੈਸਟੀਨੇਸ਼ਨ ਤੋਂ ਦੂਜੀ ਡੈਸਟੀਨੇਸ਼ਨ ਬੜੇ ਈਜ਼ੀ ਤਰੀਕੇ ਨਾਲ ਜਾ ਸਕਦੇ ਹੋ, ਜਿਹਨਾਂ 'ਤੇ ਤੁਸੀਂ ਪੂਰਾ ਐਕਸਪਲੋਰ ਵੀ ਕਰ ਸਕਦੇ ਹੋ ਪੈਰਿਸ ਨੂੰ ਚੰਗੀ ਤਰ੍ਹਾਂ। ਉਸ ਤੋਂ ਬਾਅਦ ਆ ਜਾਂਦਾ ਹੈ ਸੈਂਟ ਚੈਪਲ, ਇਹ ਵੀ ਕਾਫੀ ਅੱਛੀ ਮਸ਼ਹੂਰ ਜਗ੍ਹਾ ਹੈ ਪੈਰਿਸ ਦੇ ਵਿੱਚ। ਇਸ ਦੀ ਟਿਕਟ ਨੀਅਰ ਅਬਾਊਟ 13 ਯੂਰੋ ਦੇ ਕਰੀਬ ਪੈਂਦੀ ਹੈ। ਤੁਸੀਂ ਇਹਨੂੰ ਵੀ ਅੰਦਰ ਜਾ ਕੇ ਅੱਛੀ ਤਰ੍ਹਾਂ ਐਕਸਪਲੋਰ ਕਰ ਸਕਦੇ ਹੋ। ਕਾਫੀ ਰਸ਼ ਹੁੰਦਾ ਹੈ ਇੱਥੇ, ਕਾਫੀ ਲੋਕ ਦੂਰੋਂ ਦੂਰੋਂ ਇਹਨੂੰ ਦੇਖਣ ਲਈ ਆਉਂਦੇ ਨੇ। ਮਸ਼ਹੂਰ ਜਗ੍ਹਾ ਪੈਰਿਸ ਦੇ ਵਿੱਚ ਜਿਹੜੀਆਂ ਆਉਂਦੀਆਂ, ਉਹਨਾਂ ਵਿੱਚੋਂ ਇਹ ਵੀ ਇੱਕ ਬਹੁਤ ਹੀ ਮਸ਼ਹੂਰ ਜਗ੍ਹਾ ਹੈ। ਉਸ ਤੋਂ ਬਾਅਦ 'ਚੋਂ ਤੁਸੀਂ ਮੈਟਰੋ ਲਓ, ਸਿੱਧੀ ਇਹ ਜਾਂਦੀ ਹੈ ਉੱਪਰ ਜਾ ਕੇ ਥੋੜ੍ਹੀ ਜਗ੍ਹਾ ਹੈ ਮੌਨ ਮੰਤਰੇ ਐਂਡ ਸੈਕਰ ਕਿਓਰ, ਇਹ ਵੀ ਬੜੀ ਅੱਛੀ ਜਗ੍ਹਾ ਹੈ ਇੱਥੇ ਦੀ। ਇਹ ਥੋੜ੍ਹੀ ਜਿਹੀ ਉੱਚੇ ਏਰੀਏ 'ਚ ਪੈਂਦੀ ਹੈ, ਇੱਥੋਂ ਪੈਰਿਸ ਦਾ ਵਿਊ ਬਹੁਤ ਹੀ ਸ਼ਾਨਦਾਰ ਦਿਖਦਾ ਹੈ। ਜੇ ਤੁਸੀਂ ਇੱਥੇ ਜਾਓਗੇ ਤਾਂ ਤੁਹਾਨੂੰ ਖੁਦ ਨੂੰ ਅਹਿਸਾਸ ਹੋਊਗਾ ਵੀ ਪੈਰਿਸ ਦੀ ਸਭ ਤੋਂ ਵਧੀਆ ਡੈਸਟੀਨੇਸ਼ਨਾਂ ਵਿੱਚੋਂ ਇੱਕ ਇਹ ਵੀ ਹੈ, ਜਿਹਦਾ ਕਿ ਨਜ਼ਾਰਾ ਵੱਖਰਾ ਹੁੰਦਾ ਹੈ। ਟੂਰਿਸਟ ਬਹੁਤ ਹੁੰਦੇ ਆ ਇੱਥੇ, ਰਸ਼ ਬਹੁਤ ਹੁੰਦਾ ਹੈ। ਸਭ ਤੋਂ ਵਧੀਆ ਗੱਲ ਕੀ, ਇਹਦੇ ਅੰਦਰ ਜਾਣ ਦੀ ਇੱਥੇ ਆਉਣ ਦੀ ਕੋਈ ਵੀ ਫੀਸ ਨਹੀਂ ਹੈ, ਫਰੀ ਆਫ ਕੋਸਟ ਹੈ। ਤੁਸੀਂ ਸਿੱਧੀ ਡਾਇਰੈਕਟ ਮੈਟਰੋ ਲੈ ਕੇ ਇੱਥੇ ਆ ਸਕਦੇ ਹੋ। ਵਾਕਿੰਗ ਡਿਸਟੈਂਸ ਥੋੜ੍ਹੇ ਉੱਚੇ 'ਤੇ ਹੈ, ਸਟੇਅਰ ਚੜ੍ਹ ਕੇ ਜਾਣਾ ਪੈਂਦਾ ਹੈ। ਈਵਨ ਕਿ ਇੱਥੇ ਦੂਜੀਆਂ ਕੇਬਲ ਕਾਰ ਦੀ ਵੀ ਫੈਸਿਲਿਟੀ ਹੈਗੀ ਹੈ ਵੈਸੇ, ਬਟ ਕਾਫੀ ਨਜ਼ਾਰੇਦਾਰ ਜਗ੍ਹਾ ਹੈ। ਇੱਕ ਪੈਰਿਸ ਦੇ ਵਿੱਚ ਉੱਥੇ ਟੂਟ ਬੱਸ ਅਤੇ ਇੱਕ ਬਿਗ ਬੱਸ ਚੱਲਦੀ ਹੈ ਜੋ ਉੱਪਰੋਂ ਓਪਨ ਹੁੰਦੀ ਹੈ, ਉਹਦੇ 'ਚ ਤੁਸੀਂ ਨੀਚੇ ਬੈਠ ਸਕਦੇ ਹੋ। ਉਹਦਾ ਵੀ ਤੁਹਾਨੂੰ ਪਾਸ ਮਿਲ ਜਾਂਦਾ ਹੈ, 1 ਦਿਨ ਦਾ 2 ਦਿਨ ਦਾ ਜਾਂ 3 ਦਿਨ ਦਾ। ਉਹ ਵੀ ਕਾਫੀ ਨਜ਼ਾਰਾ ਹੈ ਪੈਰਿਸ ਦਾ, ਜਿਹਦੇ ਕਿ 8 ਸਟੇਸ਼ਨ ਹੁੰਦੇ ਹੈ। ਇਹ ਹਰੇਕ ਸਟੇਸ਼ਨ 'ਤੇ ਰੁਕਦੀ ਹੈ, ਹਰੇਕ 10-10 ਦਿਨ ਬੜੀ ਦੀ ਸਰਵਿਸ ਹੈ। ਤੁਸੀਂ ਇੱਕ ਸਟੇਸ਼ਨ 'ਤੇ ਉਤਰ ਕੇ ਬਾਅਦ 'ਚੋਂ ਦੂਜੀ ਕੋਈ ਬੱਸ ਪਕੜ ਸਕਦੇ ਹੋ ਇੱਕ ਡੈਸਟੀਨੇਸ਼ਨ ਤੋਂ ਦੂਜੀ ਡੈਸਟੀਨੇਸ਼ਨ ਜਾਣ ਲਈ। ਇਹ ਵੀ ਇੱਕ ਬੜਾ ਵਧੀਆ ਤਜਰਬਾ ਅਨੁਭਵ ਹੈ ਉੱਥੇ ਦਾ। ਪੈਰਿਸ ਜਾਓਗੇ ਤਾਂ ਇਹਦੀ ਸਰਵਿਸ ਇੱਕ ਵਾਰ ਜ਼ਰੂਰ ਲਿਓ। ਉਸ ਤੋਂ ਬਾਅਦ 'ਚੋਂ ਪੈਰਿਸ ਦੇ ਵਿੱਚ ਲਾਸਟ 'ਚ ਜਿਹੜੀ ਮੈਂ ਐਕਸਪਲੋਰ ਕੀਤਾ ਹੈ ਇੱਕ ਜਗ੍ਹਾ ਹੈ ਨੋਤਰਦਾਮ ਕਰਕੇ, ਉਹ ਵੀ ਕਾਫੀ ਅੱਛੀ ਹੈ। ਇੱਥੇ ਵੀ ਨਜ਼ਾਰਾ ਕਾਫੀ ਸ਼ਾਨਦਾਰ ਹੁੰਦਾ ਹੈ, ਫੋਟੋਗ੍ਰਾਫੀ ਕਰ ਸਕਦੇ ਹੋ ਤੁਸੀਂ। ਇੱਥੇ ਵੀ ਕੋਈ ਫੀਸ ਨਹੀਂ ਹੈ, ਫਰੀ ਆਫ ਕੋਸਟ ਹੈ। ਬਾਕੀ ਤੁਹਾਡਾ ਪੈਰਿਸ ਦੇ ਵਿੱਚ ਡੇਲੀ ਦਾ ਫੂਡ ਦਾ ਖਰਚਾ ਨੀਅਰ ਅਬਾਊਟ, ਜੇ ਤੁਸੀਂ ਕੱਪਲ ਹੈਗੇ ਤਾਂ 30 ਯੂਰੋ ਦੇ ਕਰੀਬ ਪੈ ਜਾਂਦਾ ਹੈ। ਸ਼ੋਪਿੰਗ ਡਿਪੈਂਡ ਤੁਹਾਡੇ 'ਤੇ ਕਰਦੀ ਹੈ। ਆਈ ਥਿੰਕ ਟੋਟਲ ਖਰਚਾ ਜੇ ਆਪਾਂ ਪਰ ਪਰਸਨ ਦੇ ਹਿਸਾਬ ਦੇ ਨਾਲ ਲਾ ਲਈਏ ਤਾਂ 5 ਦਿਨ ਦਾ 1.5 ਲੱਖ ਰੁਪਏ 'ਚ ਤੁਸੀਂ, ਜਾਂ 70-80 ਤੱਕ ਤੁਸੀਂ ਪੈਰਿਸ ਨੂੰ ਅੱਛੀ ਤਰ੍ਹਾਂ ਐਕਸਪਲੋਰ ਕਰ ਸਕਦੇ ਹੋ 5 ਦਿਨ ਦੇ ਵਿੱਚ, ਬੜਾ ਵਧੀਆ ਤਰੀਕੇ ਨਾਲ। ਥੈਂਕ ਯੂ ਸੋ ਮੱਚ, ਅਗਲੀ ਵੀਡੀਓ 'ਚ ਮਿਲਦੇ ਹਾਂ। ਮੈਂ ਇੱਕ ਵਾਰ ਫਿਰ ਤੋਂ ਜ਼ੋਰਾਵਰ ਸਿੰਘ ਦੀ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ। ਥੈਂਕ ਯੂ।